ਮੋਹਾਲੀ ਦੇ ਵਿੱਚ ਇੱਕ ਹੋਰ ਲੜਕੀ ਦਾ ਕਤਲ ਕੀਤਾ ਗਿਆ। 24 ਸਾਲ ਦੀ ਇਹ ਲੜਕੀ ਹੈ ਜਿਸ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ। ਚਾਕੂ ਦੇ ਨਾਲ ਵਾਰ ਕੀਤੇ ਨੇ। ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਲੜਕੀ ਦੇ ਵੱਲੋਂ ਦਮ ਤੋੜਿਆ ਗਿਆ। ਤਾਂ ਮੋਹਾਲੀ ਦੇ ਵਿੱਚ 24 ਸਾਲ ਦੀ ਲੜਕੀ ਦਾ ਕਤਲ ਕੀਤਾ ਗਿਆ। ਚਾਕੂ ਦੇ ਨਾਲ ਵਾਰ ਕਰਕੇ ਇਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਕੁੜੀ ਦੇ ਸਰੀਰ ਤੇ ਵਾਰ ਦੇ ਨਿਸ਼ਾਨ ਨਜ਼ਰ ਆ ਰਹੇ ਨੇ। ਫੇਜ਼ 1 ਦੇ ਇੱਕ ਹੋਟਲ ਦੇ ਵਿੱਚ ਇਸ ਲੜਕੀ ਦੀ ਲਾਸ਼ ਮਿਲੀ ਹੈ। ਸੁਨੀਤਾ ਇਸ ਦਾ ਨਾਮ ਹੈ। ਨਵਾਂ ਸ਼ਹਿਰ ਦੀ ਇਹ ਰਹਿਣ ਵਾਲੀ ਹੈ। ਜਾਣਕਾਰੀ ਮੁਤਾਬਿਕ ਆਪਣੇ ਇੱਕ ਸਾਥੀ ਦੇ ਨਾਲ ਇਸ ਹੋਟਲ ਦੇ ਵਿੱਚ ਆਈ ਸੀ। ਇਸ ਵਾਰਦਾਤ ਤੋਂ ਬਾਅਦ ਉਸਦਾ ਸਾਥੀ ਗਾਇਬ ਹੈ। ਫਿਲਹਾਲ ਪੁਲਿਸ ਦੇ ਵੱਲੋਂ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ। ਆਰੋਪੀ ਦੀ ਭਾਲ ਕੀਤੀ ਜਾ ਰਹੀ ਹੈ। ਸੁਨੀਲ ਨਾਮ ਦਾ ਉਹ ਸ਼ਖਸ ਸੀ ਜਿਸਨੇ ਆਪਣੇ ਨਾਮ ਤੇ ਹੋਟਲ ਦਾ ਰੂਮ ਲਿਆ। ਹਾਲਾਂਕਿ ਇਹਨਾਂ ਦੇ ਨਾਲ ਇੱਕ ਬੱਚਾ ਵੀ ਹੈ। ਇਹ ਕਿਸਤਾ ਹੈ, ਇਸ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਹਾਲਾਂਕਿ ਇਹ ਪਤੀ ਪਤਨੀ ਨਹੀਂ ਸਨ। ਗਲੇ ਤੇ ਚਾਕੂ ਦੇ ਨਿਸ਼ਾਨ ਨੇ, ਹੋਰ ਵੀ ਕਈ ਥਾਵਾਂ ਤੇ ਵਾਰ ਕੀਤੇ ਗਏ ਨੇ। ਤਾਂ ਮੋਹਾਲੀ ਦੇ ਵਿੱਚ 24 ਸਾਲ ਦੀ ਕੁੜੀ ਦਾ ਕਤਲ ਕੀਤਾ ਗਿਆ। ਨਵਾਂ ਸ਼ਹਿਰ ਦੀ ਇਹ ਲੜਕੀ ਰਹਿਣ ਵਾਲੀ ਹੈ ਜਿਸ ਦਾ ਨਾਮ ਸੁਨੀਤਾ ਹੈ। ਫੇਜ਼ 1 ਦੇ ਹੋਟਲ ਦੇ ਕਮਰੇ ਦੇ ਵਿੱਚੋਂ ਇਸ ਲੜਕੀ ਦੀ ਲਾਸ਼ ਮਿਲੀ। ਜਾਣਕਾਰੀ ਮੁਤਾਬਿਕ ਕੁੜੀ ਦੇ ਨਾਲ ਹੋਟਲ ਦੇ ਵਿੱਚ ਉਸਦਾ ਇੱਕ ਸਾਥੀ ਵੀ ਸੀ ਜੋ ਕਿ ਗਾਇਬ ਹੈ। ਗਲਾ ਘੁੱਟ ਕੇ ਇਸਦਾ ਕਤਲ ਕੀਤਾ ਗਿਆ। ਚਾਕੂ ਦੇ ਨਾਲ ਵਾਰ ਕੀਤੇ ਗਏ ਨੇ। ਕੁੜੀ ਦੇ ਨਾਲ ਦਾ ਜੋ ਸਾਥੀ ਸੀ ਸੁਨੀਲ, ਉਸਨੇ ਆਪਣੇ ਨਾਮ ਤੇ ਹੀ ਹੋਟਲ ਦਾ ਕਮਰਾ ਲਿਆ ਸੀ। ਫਿਲਹਾਲ ਪੁਲਿਸ ਦੇ ਵੱਲੋਂ ਨੇੜੇ ਦੇ ਸੀਸੀਟੀਵੀ ਕੈਮਰੇ ਖੁੰਘਾਲੇ ਜਾ ਰਹੇ ਨੇ ਤਾਂ ਜੋ ਪਤਾ ਲੱਗ ਸਕੇ ਕਿ ਇਹ ਸੁਨੀਲ ਨਾਮ ਦਾ ਸ਼ਖਸ ਕੌਣ ਹੈ, ਕਿਉਂ ਇੰਨੀ ਬੇਰਹਿਮੀ ਦੇ ਨਾਲ ਇਸ ਲੜਕੀ ਦਾ ਕਤਲ ਕੀਤਾ ਗਿਆ, ਔਰ ਉਹ ਬੱਚਾ ਜੋ ਇਹਨਾਂ ਦੇ ਨਾਲ ਸੀ ਉਹ ਦੋਨਾਂ ਦੇ ਵਿੱਚੋਂ ਕਿਸਦਾ ਹੈ, ਔਰ ਪੂਰੀ ਡਿਟੇਲ ਆ ਜਿਹੜੀ ਉਹ ਪੁਲਿਸ ਦੇ ਵੱਲੋਂ ਪਤਾ ਕੀਤੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਮੋਹਾਲੀ ਦੇ ਵਿੱਚ ਫੇਜ਼ 5 ਦੀ ਇੱਕ ਸੜਕ ਤੇ ਲੜਕੀ ਦਾ ਦਿਨ ਦਿਹਾੜੇ ਕਿਰਪਾਨਾਂ ਦੇ ਨਾਲ ਕਤਲ ਕੀਤਾ ਗਿਆ ਸੀ, ਜਿਸ ਤੋਂ ਬਾਅਦ ਹੁਣ ਦੂਜੀ ਵਾਰਦਾਤ ਸਾਹਮਣੇ ਆਈ। ਥੋੜੇ ਦਿਨਾਂ ਦੇ ਵਿੱਚ ਮੋਹਾਲੀ ਦੇ ਵਿੱਚ 24 ਸਾਲ ਦੀ ਲੜਕੀ ਦਾ ਹੋਟਲ ਦੇ ਕਮਰੇ ਦੇ ਵਿੱਚ ਉਸਦੇ ਸਾਥੀ ਨੇ ਕਤਲ ਕਰ ਦਿੱਤਾ।